ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਲੰਡਨ ਤੋਂ ਬਹੁਤ ਵੱਡੀ ਖਬਰ ਲੈ ਕੇ ਤੁਹਾਡੀ ਖidmat ਦੇ ਵਿੱਚ ਮੈਂ ਹਾਜ਼ਰ ਹੋ ਚੁੱਕਿਆ ਹੁਣੇ ਹੁਣੇ ਲੰਡਨ ਦੀ ਟ੍ਰੇਨ ਤੋਂ ਲੱਥਾ ਤੇ ਸਿੱਧੀ ਇਹ ਵੀਡੀਓ ਪੈਗਾਮ ਜਿਹੜਾ ਇਹ ਤੁਹਾਡੇ ਆਸਤੇ ਮੈਂ ਰਿਕਾਰਡ ਕਰਾ ਰਿਹਾ ਬਹੁਤ ਵੱਡੀ ਖਬਰ ਬੜੀ ਅੰਦਰ ਦੀ ਖਬਰ ਹੈ ਤਿੰਨ ਚਾਰ ਜਿਹੜੇ ਇਲਾਕੇ ਨੇ ਲੰਡਨ ਦੇ ਉੱਥੇ ਅੱਜ ਮੈਂ ਸਾਰਾ ਦਿਨ ਫਿਰ ਕੇ ਤੇ ਇਹ ਪੂਰੀ ਤਫਸੀਲਾਤ ਜਿਹੜੀਆਂ ਨੇ ਇਹ ਲੈ ਕੇ ਤੁਹਾਡੇ ਸਾਹਮਣੇ ਆਇਆ ਬੜੀ ਮਿੱਠਾ ਜੀ ਮਿਹਨਤ ਕੀਤੀ ਹੈ ਸਵੇਰ 6 ਵਜੇ ਦਾ ਮੈਂ ਟ੍ਰੇਨਾਂ ਦੇ ਖੱਜਲ ਹੋ ਹੋ ਕੇ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹ ਤੁਹਾਡੇ ਵਾਸਤੇ ਲੈ ਕੇ ਆਇਆ ਸੱਜੇ ਖੱਬੇ ਨਹੀਂ ਹੋਣਾ ਵੱਡੀ ਖਬਰ ਹੈ ਤੇ ਵੱਡਾ ਹੰਗਾਮਾ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੀ ਵਜ਼ੀਰੇ ਇਤਲਾਤ ਤੋਂ ਨਸ਼ਰੀਆਤ ਮਰੀਮ ਔਰੰਗਜ਼ੇਬ ਦੇ ਉੱਤੇ ਕੱਲ ਤਕਰੀਬਨ 6-7 ਜਿਹੜੀਆਂ ਔਰਤਾਂ ਸੀ ਔਰ ਨਾਲ ਉਹਨਾਂ ਦੇ 3-4 ਜਿਹੜੇ ਮੁੰਡੇ ਸੀ ਉਹਨਾਂ ਨੇ ਹਮਲਾ ਕੀਤਾ ਇੱਕ ਕਾਫੀ ਸ਼ਾਪ ਵਿੱਚ ਗਾਲਮ ਗਲੋਚ ਕੀਤੀ ਔਰ ਪਾਕਿਸਤਾਨ ਦੇ ਖਿਲਾਫ ਨਾਰੇ ਲਾਏ ਪਾਕਿਸਤਾਨ ਦੀ ਫੌਜ ਦੇ ਖਿਲਾਫ ਨਾਰੇ ਲਾਏ ਨਵਾਜ਼ ਸ਼ਰੀਫ ਦੇ ਖਿਲਾਫ ਰਿਆਸਤ ਦੇ ਖਿਲਾਫ ਔਰ ਮਰੀਮ ਔਰੰਗਜ਼ੇਬ ਨੂੰ ਉੱਥੇ ਉਹਨਾਂ ਹਰਾਸਾ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੀਆਂ ਵੀਡੀਓ ਤੁਸੀਂ ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਤੇ ਇਹ ਤੁਸੀਂ ਵੇਖ ਚੁੱਕੇ ਆ ਕਿਸੇ ਨੂੰ ਹੁਣ ਕੋਈ ਭੁੱਲ ਨਹੀਂ ਰਹੀ ਕਿ ਕੀ ਹੋਇਆ ਤੇ ਕੀ ਨਹੀਂ ਠੀਕ ਹੈ ਨਾ ਜੀ ਤੇ ਅਸੀਂ ਸੋਚਿਆ ਕਿਉਂ ਨਾ ਪੂਰੀ ਤਫਸੀਲਾਂ ਜਿਹੜੀ ਇਹ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਧਿਆਨ ਹੁਣ ਤੁਹਾਡਾ ਜਿਹੜਾ ਨਾ ਇਹ ਮੈਨੂੰ ਪੂਰਾ ਚਾਹੀਦਾ ਸਜੇ ਖਬੇ ਤੁਸੀਂ ਹੁਣ ਨਹੀਂ ਹੋ ਸਕਦੇ ਠੀਕ ਹੈ ਨਾ ਇਹ ਜਿਹੜੀਆਂ ਪੰਜ ਔਰਤਾਂ ਸੀ ਇਹ ਕੌਣ ਨੇ ਇਹ ਕੀ ਕਰਦੀਆਂ ਲੰਡਨ ਦੇ ਵਿੱਚ ਔਰ ਇਹਨਾਂ ਦਾ ਕੀ ਤੰਦੇ ਨੇ ਇਹ ਸਾਰੀ ਤਫਸੀਲ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹੁਣ ਇਹ ਮਾਈਆਂ ਜਿਹੜੀਆਂ ਨੇ ਇਹ ਕੌਣ ਨੇ ਪਹਿਲੇ ਤੇ ਮੈਂ ਇਹਨਾਂ ਦਾ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹਾਂ ਇਹ ਮਾਈਆਂ ਦੇ ਨਾਂ ਤੁਸੀਂ ਚੈੱਕ ਕਰੋ ਸਭ ਤੋਂ ਪਹਿਲੇ ਮਾਈਆਂ ਦੇ ਨਾਂ ਚੈੱਕ ਕਰੋ ਇਹ ਜਿਹੜੀ ਵੱਡੀ ਮਾਈ ਸੀ ਜਿਹੜੀ ਜਿੰਨੇ ਉਹ ਬੜਾ ਮਹਿੰਗਾ ਜਿਹਾ سبز ਰੰਗ ਦਾ ਹੈਰਟ ਦਾ ਬੈਗ ਜਿਹੜਾ ਆਪਣੇ ਮੋਢੇ ਤੇ ਟੰਗਿਆ ਸੀ ਉਹਦਾ ਨਾਂ ਹੈ ਬਬਲੀ ਉਸ ਤੋਂ ਬਾਅਦ ਇੱਕ ਹੋਰ ਔਰਤ ਸੀ ਜਿਹਨੇ ਉਹ ਚਾਦਰ ਜੀ ਲਈ ਸੀ ਔਰ ਮਾਸਕ ਜਿਹਾ ਪਾਇਆ ਸੀ ਉਹਦਾ ਨਾਂ ਹੈ ਨਗਮਾ ਉਸ ਤੋਂ ਬਾਅਦ ਇੱਕ ਸ਼ੀਲਾ ਇੱਕ ਜੋਡੀ ਆ ਇੱਕ ਡੋਲੀ ਆ ਇਹ ਪੰਜ ਔਰਤਾਂ ਨੇ ਜਿਹੜੀਆਂ ਉੱਥੇ ਕਲ ਮਰੀਮ ਔਰੰਗਜ਼ੇਬ ਨੂੰ ਹਰਾਸਾ ਕਰਦੀਆਂ ਰਹੀਆਂ ਨੇ ਔਰ ਇਹ ਲੰਡਨ ਦੇ ਦੋ ਇਲਾਕਿਆਂ ਦੇ ਵਿੱਚ ਇਹ ਰਹਿੰਦੀਆਂ ਇੱਕ ਇਲਫਰਡ ਦਾ ਇਲਾਕਾ ਹੈ ਔਰ ਇੱਕ ਗ੍ਰੀਨ ਸਟਰੀਟ ਦਾ ਇਲਾਕਾ ਹੈ ਬੜੇ ਮਸ਼ਹੂਰ ਇਲਾਕੇ ਨੇ ਜਿੱਥੇ ਆਪਣੇ ਦੇਸੀ ਮਿੱਠੇ ਔਰ ਮਿੱਠੀਆਂ ਰਹਿੰਦੇ ਨੇ ਇਹਨਾਂ ਦੋ ਇਲਾਕਿਆਂ ਦੇ ਵਿੱਚ ਇਹ ਰਹਿੰਦੀਆਂ ਇਹ ਹੁਣ ਕਰਦੀਆਂ ਕੀ ਇਹਨਾਂ ਦਾ ਤੰਦਾ ਕੀ ਆ ਇਹ ਜਿਹੜੀਆਂ ਔਰਤਾਂ ਨੇ ਪੰਜ ਔਰ ਇਹਨਾਂ ਦੇ ਨਾਲ ਹੋਰ ਵੀ ਤਕਰੀਬਨ 2-3 ਦਰਜਰ ਔਰਤਾਂ ਮਾਈਆਂ ਅੱਡੀ ਚੌਕ ਆਈਆਂ ਇਹ ਕਰਦੀਆਂ ਇੰਜ ਨੇ ਇਹ ਮ사ਜ ਸੈਂਟਰ ਚਲਾਉਂਦੀਆਂ ਮ사ਜ ਸੈਂਟਰ ਸਮਝਦੇ ਹੋ ਕਿ ਨਹੀਂ ਆ ਜਿੰਨਾ ਵੀ ਓਬਰ ਦਾ ਡਰਾਈਵਰ ਏ ਦੇਸੀ ਇੰਡੀਅਨ ਪਾਕਿਸਤਾਨੀ ਬੰਗਾਲੀ ਔਰ ਉਸ ਤੋਂ ਬਾਅਦ ਹੋਰ ਜਿਹੜੇ ਥੱਕੇ ਹਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸੱਜੇ ਖੱਬੇ ਮਤਲਬ ਟਕਰਾਂ ਮਾਰਦੇ ਫਿਰਦੇ ਨੇ ਕੋਈ ਸ਼ੈ ਨਹੀਂ ਚੱਲਦੀ ਜੇ ਨਹੀਂ ਸਕੂਨ ਆਸਰ ਕਰਨ ਵਾਸਤੇ ਅਗਲੀ ਗੱਲ ਤੇ ਤੁਸੀਂ ਸਾਰੀ ਸਮਝਦੇ ਹੋ ਉਹ ਇਹ ਜਿਹੜੀਆਂ ਮਾਈਆਂ ਨੇ ਇਹਨਾਂ ਦੇ ਅੱਡੇ ਆ ਤੇ ਜਾਂਦੇ ਨੇ ਰਾਤ ਨੂੰ ਇਹਨਾਂ ਹੁਣ ਅੱਡੇ ਕਿਵੇਂ ਬਣਾਏ ਨੇ ਇਹਨਾਂ ਮੁxtਲਫ ਜਗ੍ਹਾ ਦੇ ਉੱਤੇ ਫਲੈਟ ਲੈ ਆ ਨੇ ਕਿਰਾਏ ਤੇ ਦੋ ਦੋ ਕਮਰਿਆਂ ਦੇ ਤਰੇ ਤਰੇ ਕਮਰਿਆਂ ਦੇ ਔਰ ਉੱਥੇ ਵਿੱਚ ਹੀ ਰਹਿੰਦੀਆਂ ਤੇ ਵਿੱਚ ਇੱਕ ਕਮਰਾ ਜਿਹੜਾ ਨਾ ਉਹਨੂੰ ਉੱਥੇ ਉਹ ਮ사ਜ ਵਾਲਾ ਸਿਸਟਮ ਲਾ ਕੇ ਨਾ ਉਹ ਜਿਹੜਾ ਬੈੱਡ ਜਿਹਾ ਹੁੰਦਾ ਹੈ ਸਰਾਣਾ ਤੇ ਉਹ ਸਾਰੇ ਤੇਲ ਤੇ ਇਹ ਉਹ ਸਾਰਾ ਕੁਝ ਉੱਥੇ ਰੱਖਿਆ ਹੁੰਦਾ ਰਹਿੰਦੀਆਂ ਵੀ ਉੱਥੇ ਨੇ ਔਰ ਇਹਨਾਂ ਦੇ ਬੰਦੇ ਜਿਹੜੇ ਨੇ ਬਰਾਏ ਨਾਮ ਬੰਦੇ ਅਗੇਂ ਘੁੰਮ ਕਰਨ ਵਾਲੇ ਬਾਈ ਅਗਰ ਕੋਈ ਕਿਸੇ ਦਾ ਮਕਾਨ ਹੋਏਗਾ ਤੇ ਉਹਦੇ ਵਿੱਚ ਮੈਨੂੰ ਫਰੀ ਤੇ ਤੂੰ ਰਹੀ ਜਾ ਉਹ ਬੰਦੇ ਵੀ ਨਾਲ ਰਹਿੰਦੇ ਨੇ ਤੇ ਉਹ ਮੁੰਡੇ ਵੀ ਨਾਲ ਰਹਿੰਦੇ ਨੇ ਹੁਣ ਮੁੰਡੇ ਕੌਣ ਨੇ ਤੁਸੀਂ ਆ ਵਹਿੰਦੇ ਹੁੰਦੇ ਹੋ ਟਵਿੱਟਰ ਤੇ ਇੱਕ ਮੁੰਡਾ ਇਤਸ਼ਾਮੁਲ ਹੱਕ ਚੰਗੇ ਭਦੇ ਉਹਦੇ ਉਹਦੇ ਫਾਲੋਅਰ ਨੇ ਇਹ ਮੁੰਡਾ ਜਿਹੜਾ ਇਹ ਉਸ ਬੱਬਲੀ ਦਾ ਮੁੰਡਾ ਜਿਹੜੇ ਇਲਫੜ ਦੇ ਵਿੱਚ ਜਿਹਦਾ ਇਹ ਅੱਡਾ ਮ사ਜ ਸੈਂਟਰ ਚ ਦਾ ਇਹ ਇਤਸ਼ਾਮਲ ਹੱਕ ਉਹਦਾ ਮੁੰਡਾ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਮੁੰਡਾ ਵੇਖਿਆ ਹੋਏਗਾ ਜੁਵਾਨ ਜਾਂ ਸ਼ਿਆਨ ਇਹ ਮੁੰਡਾ ਸ਼ੀਲਾ ਦਾ ਇਹ ਵੀ ਉਹਦੇ ਨਾਲ ਰਹਿੰਦਾ ਔਰ ਅੱਬੇ ਦਾ ਕੋਈ ਪਤਾ ਨਹੀਂ ਕੌਣ ਹੈ ਠੀਕ ਹੈ ਨਾ ਇਸ ਤਰ੍ਹਾਂ ਹੋਰ ਵੀ ਜਿਹੜੇ 2 3 4 ਮੁੰਡੇ ਨੇ ਇਹ ਮਤਲਬ ਨਾਲ ਰਹਿੰਦੇ ਆ ਔਰ ਧਿਆਨ ਤੇ ਪਰਖਦੇ ਆ ਔਰ ਗਾਹਕ ਨੂੰ ਬਾਹਰ ਛੱਡਿਆ ਅੰਦਰ ਆਂਦਾ ਇਹ ਸਾਰੀ ਗੇਮ ਜਿਹੜੀ ਹੈ ਇਹ ਕਰਦੇ ਨੇ ਔਰ ਉਸ ਤੋਂ ਬਾਅਦ ਇਹ ਮਾਈਆਂ ਕੀ ਕਰਦੀਆਂ ਨੇ ਰਾਤ ਨੂੰ ਇੱਕ ਰਿਪੋਰਟਰ ਕਿਸੇ ਚੈਨਲ ਦਾ ਉਹ ਚੈਨਲ ਜਿਸ ਤੇ ਪਾਬੰਦੀ ਲੱਗੀ ਹੈ ਬਰਤਾਨੀਆਂ 'ਚ ਉਹਦਾ ਇੱਕ ਹੋਰ ਅੱਡਾ ਉਹ ਰਾਤ ਨੂੰ ਚੱਲਦਾ ਉਥੇ ਡਾਂਸ ਹੁੰਦਾ ਹੈ ਔਰ ਇਹ ਮ사ਜ ਹੁੰਦੇ ਨੇ ਔਰ ਮ사ਜ ਤੋਂ ਉਤਲੀ ਜਿਹੜੀ ਕਿਸਮ ਹੈ ਉਹ ਹੁੰਦੀ ਹੈ ਉਥੇ ਵੀ ਇਹ ਰਾਤ ਨੂੰ ਜਾਂਦੀਆਂ 4-5 ਘੰਟੇ ਆਸਤੇ ਬੈ ਦੋ ਦੋ ਚਾਰ ਚਾਰ ਵਾਰੀਆਂ ਸਟਾਕ ਦੇ ਬਰ ਪਈਆ 2250 ਪਾਉਂਡ ਉੱਥੋਂ ਵੀ ਲੈ ਆਉਂਦੀਆਂ ਹਾਲਾਂਕਿ ਆਪਣੇ ਮ사ਜ ਸੈਂਟਰ ਵੀ ਚੱਲ ਰਹਿ ਠੀਕ ਹੈ ਨਾ ਮਿੱਠਾ ਜੀ ਇਹ ਔਰਤਾਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਦੀਆਂ ਉੱਥੇ ਇਹ ਮਾਈਆਂ ਜਿਹੜੀਆਂ ਨੇ ਇਹ ਗਲਤਕਾਰੀਆਂ ਕਰਦੀਆਂ ਰਾਤ ਨੂੰ ਔਰ ਸਵੇਰ ਨੂੰ ਉਹ ਜਿਹੜਾ ਰਿਪੋਰਟਰ ਹੈ ਉਸ ਟੀਵੀ ਚੈਨਲ ਦਾ ਜਿਹੜਾ ਬੈਨ ਹੈ ਬਰਤਾਨੀਆ ਚ ਉਹ ਇਹਨਾਂ ਨੂੰ ਆਪਣੀ ਜੀਪ ਦੇ ਵਿੱਚ ਬਾਕੇ ਹਰ ਰੋਜ਼ ਯਾਨੀ ਕਿ ਹਫ਼ਤੇ ਚ ਤਿੰਨ ਜਾਂ ਚਾਰ ਦਿਨ ਉਹ ਜਿਹੜੀ ਗੱਲ ਉਹ ਵੀ ਕਿਤਨਾ ਪੈਸੇ ਲੈ ਰਿਆ ਨਾ ਪੈਸਾ ਬਣਾ ਰਿਆ ਨਾ ਤਰੀਕੇ ਇਨਸਾਫ ਕੋਲੋਂ ਪੈਸਾ ਲੈ ਰਿਆ ਹੋਵੇਗਾ ਕਾ ਦਿਓੜਾ ਸੈਂਟਰਾਂ ਦੇ ਜਿੰਨੇ ਵੀ ਕਾ ਦਿਓੜੇ ਸੈਂਟਰ ਨੇ ਬਰਤਾਨੀਆਂ ਦੇ ਵਿੱਚ ਉਹਨਾਂ ਕੋਲੋਂ ਪੈਸਾ ਲੈ ਲੈ ਰਿਆ ਹੋਵੇਗਾ ਹੋਰ ਜਿਹੜੀਆਂ ਜਿਹੜੇ ਐਸੇ ਲੋਕ ਨੇ ਜਿਹੜੇ ਪਾਕਿਸਤਾਨ ਦੇ ਖਿਲਾਫ ਨੇ ਉਹਨਾਂ ਕੋਲੋਂ ਪੈਸਾ ਲੈ ਰਿਆਗਾ ਉਹ ਮੁਫਤ ਨਹੀਂ ਨ ਕਰ ਰਿਆ ਉਹ ਜਿਹੜਾ ਰਿਪੋਰਟਰ ਹੈ ਉਹ ਸੁੱਕਾ ਜਾ ਪਤਲਾ ਜਾ ਉਹ ਆਪਣੀ ਜੀਪ ਤੇ ਵਿੱਚ ਇਹਨਾਂ ਨੂੰ ਬਿਠਾ ਕੇ ਲਿਆਉਂਦਾ ਅਫਤੇ ਦੋ ਜਾਂ ਤਿੰਨ ਦਿਨ ਇਹ ਖਾਸ ਤੌਰ ਤੇ ਜਦੋਂ ਕੋਈ ਵਜ਼ੀਰ ਮਸ਼ੀਰ ਉੱਥੇ ਗਏ ਹੁੰਨ ਤੇ ਉਹਨਾਂ ਦੇ ਖਿਲਾਫ ਮੁਜ਼ਾਹਰਾ ਕਰਵਾਉਣਾ ਇਨ੍ਹਾਂ ਕੋਲੋਂ ਮਾਈਆਂ ਕੋਲੋਂ ਔਰ 50-50 ਰੁਪਏ ਇਨ੍ਹਾਂ ਨੂੰ ਦੇਣੇ ਔਰ ਉਸ ਤੋਂ ਬਾਅਦ ਇਹ ਆਪਣੇ ਮ사ਜ ਸੈਂਟਰਾਂ ਚ ਚੱਲੀਆਂ ਜਾਂਦੀਆਂ ਉੱਥੇ ਫਿਰ ਇਹ ਉਹ ਗਲਤਕਾਰੀਆਂ ਕਰਦੀਆਂ ਜਿਹੜਾ ਸਾਰਾ ਉਬਰ ਦਾ ਟੈਕਸੀ ਡਰਾਈਵਰ ਬੰਗਾਲੀ ਇੰਡੀਅਨ ਪਾਕਿਸਤਾਨੀ ਕਾਲੇ ਜਿੰਨੇ ਵੀ ਨੇ ਉਹ ਫਿਰ ਇਨ੍ਹਾਂ ਦੇ ਮ사ਜ ਸੈਂਟਰਾਂ ਤੇ ਜਾ ਕੇ ਤੇ ਇਹ ਮਤਲਬ ਹੈ 50 ਪਾਉਂਡ ਲੈਂਦੀਆਂ ਅੱਧੇ ਘੰਟੇ ਦਾ ਭਾਈ ਉਹਦੇ ਵਿੱਚ ਮ사ਜ ਵੀ ਹੈ ਉਹਦੇ ਵਿੱਚ ਫੁੱਲ ਸਰਵਿਸ ਵੀ ਹੈ ਉਹਦੇ ਵਿੱਚ ਨਾਣਾ ਧੋਣਾ ਵੀ ਹੈ ਉਹਦੇ ਵਿੱਚ ਸਾਰੀ ਸਰਵਿਸ ਜਿਹੜੀ ਹੈ ਇਹ 50 ਪਾਉਂਡ ਦੇ ਵਿੱਚ ਇਹ ਕਰਦੀਆਂ ਅੱਧੇ ਘੰਟੇ ਦਾ ਇਹ ਸਾਰੀ ਤਫਸੀਲ ਅਸੀਂ ਲੈ ਕੇ ਆਏ ਆ ਤਿੰਨ ਮਾਈਆਂ ਜਿਹੜੀਆਂ ਨੇ ਉਹ ਇਲਫਰਟ ਲੈਣ ਬੜੀ ਮਸ਼ਹੂਰ ਹੈ ਉਹਦੇ ਨਾਲ ਜਿਹੜੀਆਂ ਗਲੀਆਂ ਨੇ ਹੁਣ ਮੈਂ ਗਲੀ ਦਾ ਨਾਮ ਹੀ ਦੱਸਣਾ ਮਤਲਬ ਸਾਰੇ ਸਵੇਰੇ ਉੱਥੇ ਲੈਣ ਲੱਗੀ ਹੋਵੇ ਠੀਕ ਹੈ ਨਾ ਜੀ ਔਰ ਦੋ ਮਾਈਆਂ ਜਿਹੜੀਆਂ ਨੇ ਇਹ ਗ੍ਰੀਨ ਸਟਰੀਟ ਦੇ ਇਲਾਕੇ ਦੇ ਵਿੱਚ ਨੇ ਇਹ ਜਿਨ੍ਹਾਂ ਦੇ ਇਹ ਅੱਡੇ ਨੇ ਇਹ ਇਹਨਾਂ ਜਨਾਬ ਵਜ਼ੀਰ ਇਤਲਾਤੋ ਨਸ਼ਰੀਆਤ ਮਰੀਮ ਔਰੰਗਜ਼ੇਬ ਦੇ ਉੱਤੇ ਕੱਲ ਹਮਲਾ ਵੀ ਕੀਤਾ ਹੈ ਉਹਨੂੰ ਹਰਾਸਾ ਵੀ ਕੀਤਾ ਔਰ ਇਹ ਉਹ ਲੋਗ ਨੇ ਜਿਹੜਾ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਨਾ ਇਹ ਉਹ نسل ਤਿਆਰ ਕੀਤੀ ਗਈ ਹੈ ਪਿਛਲੇ 12 13 14 ਸਾਲਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਬੈ ਲੰਡਨ ਵਰਗੇ تہذیਬ یافتਾ ਮੁਲਕ ਤੇ ਵਿੱਚ ਪਾਕਿਸਤਾਨ ਦਾ ਕਚਰਾ ਕੀ ਪਿਆ ਕਰਦਾ ਔਰ ਇਹ ਕਚਰੇ ਦਾ ਤੱਲ ਕਿਸ ਪਾਰਟੀ ਨਾਲ ਹੈ ਤੁਸੀਂ ਜਰਾ ਅੰਦਾਜ਼ਾ ਲਾਓ ਔਰ ਇਹਨਾਂ ਦੇ ਕਿਰਦਾਰ ਜਰਾ ਚੈੱਕ ਕਰੋ ਇਹਨਾਂ ਮਾਈਆਂ ਦੇ ਬਈ ਇਹ ਇਹਨਾਂ ਦਾ ਨਾ ਕੋਈ ਅੱਗਾ ਹੈ ਨਾ ਕੋਈ ਪਿੱਛਾ ਹੈ ਮਤਲਬ ਅੱਡੇ ਚਲਾਉਂਦੀਆਂ ਮ사ਜ ਸੈਂਟਰ ਚਲਾਣੇ 6 6 8 8 10 10 ਬੰਦੇ ਰੱਖੇ ਜਿਨ੍ਹਾਂ ਕੋਲ ਹੁੰਜ ਹਫਤਾ ਵਸੂਲੀ ਕਰਦੀਆਂ ਯਾਨੀ ਕਿ ਇੱਕ ਰਾਤ ਵਾਸਤੇ ਟੁਰ ਜਾਓ ਸ਼ੁਗਲ ਮਿਲਾ ਲਾਓ ਫੁੱਲ ਸਰਵਿਸ ਕਰੋ ਦੋ 250 ਲੈਵ ਇਸ ਤਰ੍ਹਾਂ 10 10 8 8 ਬੰਦੇ ਨੇ ਰੱਖੇ ਨੇ ਕਿਉਂਕਿ ਇਹਨਾਂ ਨੂੰ ਨਾ ਤੇ ਜਾਬ ਮਿਲ ਸਕਦੀ ਏ ਨਾ ਇਹਨਾਂ ਕੋਲ ਕੋਈ ਕੁਆਲੀਫਿਕੇਸ਼ਨ ਏ ਨਾ ਇਹਨਾਂ ਦੀ ਕੋਈ ਤਾਲੀਮ ਏ ਨਾ ਇਹਨਾਂ ਨੂੰ ਕੋਈ ਕੰਪਨੀ ਆਪਣੀ ਆਪਣੇ ਦਫ਼ਤਰ ਦੇ ਵਿੱਚ ਸਰਵਿਸ ਕਰਾ ਸਕਦੀ ਏ ਨੌਕਰੀ ਦੇ ਸਕਦੀ ਏ ਕਿਉਂਕਿ ਬੈਕਗ੍ਰਾਉਂਡ ਹੀ ਕੋ ਨਹੀਂ ਤਾਲੀਮ ਹੀ ਕੋ ਨਹੀਂ ਔਰ ਉਸ ਤੋਂ ਬਾਅਦ ਕੋਈ ਸਕਿੱਲ ਨਹੀਂ ਔਰ ਇੱਕੋ ਹੀ ਚੀਜ਼ ਇਨਨਵਨ ਆਂਦੀ ਹੈ ਜਿਹੜੀ ਮੈਂ ਤੁਹਾਨੂੰ ਕਹਿ ਨਾ ਨਾ ਬੀ ਡੀ ਚੌਕ ਦੇ ਵਿੱਚ ਮਾਈਆਂ ਜਿਹੜੀਆਂ ਨੇ ਉਹਨਾਂ ਬੀਂਂ ਤਰਾਈ ਔਰ ਲੰਡਨ ਦੇ ਵਿੱਚ ਆ ਕੇ ਉਹ ਬੀਂਂ ਜਿਹੜੇ ਨੇ ਜਦੋਂ ਚੂਚੇ ਬਣਦੇ ਨੇ ਉਹ ਫਿਰ ਕਢਾਉਂਦੀਆਂ ਔਰ ਕਢਾਣ ਤੋਂ ਬਾਅਦ ਫਿਰ ਵਿੱਚੋਂ ਇਹ ਸ਼ਿਆਨ ਇhtisham ul ak ਔਰ ਇਸ ਤਰ੍ਹਾਂ ਦੇ ਏਆਰਵਾਦਰ ਰਿਪੋਰਟਰ ਇਸ ਤਰ੍ਹਾਂ ਦੇ ਲੋਕ ਫਿਰ ਉਹ ਨਿਕਲਦੇ ਨੇ ਤੇ ਇਹ ਉਹ ਮਾਈਆਂ ਨੇ ਜਿਨ੍ਹਾਂ ਨੇ ਕੱਲ ਵਫਾਕੀ ਵਜ਼ੀਰ ਤੇ ਹਮਲਾ ਕੀਤਾ ਇਹ ਹਮਲਾ ਪਾਕਿਸਤਾਨ ਤੇ ਹਮਲਾ ਇਹ ਰਿਆਸਤ ਤੇ ਹਮਲਾ ਹੈ ਇਹ ਪਾਕਿਸਤਾਨ ਦੀ ਆਵਾਮ ਤੇ ਹਮਲਾ ਹੈ ਤੇ ਇਹ ਸਾਰੀ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਸਟੋਰੀ ਖੁਦ ਜਾ ਕੇ ਉਹਨਾਂ ਦੇ ਘਰਾਂ ਦੇ ਨੰਬਰ ਵੀ ਮੇਰੇ ਕੋਲ ਨੇ ਉੱਥੇ ਗਾਕ ਆ ਰਹੇ ਨੇ ਜਾ ਰਹੇ ਨੇ ਫੁੱਲ ਮਾਹੌਲ ਤੇ ਮਿੱਠੇ ਚੌਲ ਨੇ ਔਰ ਇਹ ਮਾਈਆਂ ਨੇ ਬਬਲੀ ਨਗਮਾ ਸ਼ੀਲਾ ਜੋਡੀ ਤੇ ਡੌਲੀ ਇਹ ਉਹ ਮਾਈਆਂ ਨੇ ਜਿਨ੍ਹਾਂ ਨੇ ਕੱਲ ਉਹਦੇ ਤੇ ਹਮਲਾ ਕੀਤਾ ਔਰ ਮੈਂ ਰਾਣਾ ਸੁਣਾਉ ਲਾ ਕੇ ਅਪੀਲ ਕਰਨਾ ਕਿ ਇਹਨਾਂ ਸਾਰੀਆਂ ਦੀਆਂ ਤਸਵੀਰਾਂ ਹੁਣ ਤੁਹਾਡੇ ਕੋਲ ਆ ਚੁੱਕੀਆਂ ਹਨ ਕਿਉਂਕਿ ਪਾਕਿਸਤਾਨ ਨੇ ਵੈਸੇ ਵੀ ਕਦੀ ਨਹੀਂ ਕਈਆਂ ਹੁੰਦੀਆਂ ਇਹਨਾਂ ਦਾ ਕੀ تعلق ਉੱਥੇ ਮਤਲਬ ਨਾ ਖਾਨਦਾਨ ਨਾ ਪਿਛਾ ਨਾ ਅੱਗਾ ਨਾ ਕੋ ਰੋਲਾ ਨਾ ਕੋ ਘਾਰ ਨਾ ਕੋ ਬੂਆ ਨਾ ਕੋ ਮਰਦ ਇੱਥੇ ਜੋ 8 8 10 10 ਰੱਖੇ ਨੇ ਇੰਜੀ ਇਹ ਜਿੰਨੇ ਵੀ ਨੇ ਜਿਹੜੇ ਇਮਰਾਨ ਖਾਨ ਦੇ ਹਮਾਇਤੀ ਨੇ ਲੰਡਨ ਦੇ ਵਿੱਚ ਸਾਰੇ ਦੇ ਸਾਰੇ ਸਾਰੇ ਦੇ ਸਾਰੀਆਂ ਜੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਇਹ ਹੋ ਸਕਦਾ ਕੋਈ ਇੱਕ ਅੱਧੀ ਪਰਸੈਂਟ ਵਿੱਚੋਂ ਕੋਈ ਡੀਸੈਂਟ ਕਿਸਮ ਦੇ ਲੋਕ ਹੋਣ لیکن 90 99 فیصد ਜਿਹੜੇ ਜਿਹੜੀਆਂ ਇਹ ਮਾਈਆਂ ਨੇ ਲੰਡਨ ਦੇ ਵਿੱਚ ਔਰ ਨਿਊਯਾਰਕ ਔਰ ਜਿੱਥੇ ਵੀ ਤੁਸੀਂ ਪੈरिस ਚਲੇ ਜਾਓ ਜਰਮਨੀ ਚਲੇ ਜਾਓ ਸਾਰੀਆਂ ਦੀਆਂ ਸਾਰੀਆਂ ਇਹ ਕੰਮ ਕਰਦੀਆਂ ਨੇ ਲੰਡਨ ਦੇ ਵਿੱਚ ਤੇ ਮਾਰ ਵਗੀ ਹੈ ਨਾ ਮਤਲਬ ਕਿ ਅਖੀਰ ਹੋਈ ਪਈ ਹੈ ਹਰ ਦੂਜੀ ਗਲੀ ਦੇ ਵਿੱਚ ਇਹਨਾਂ ਦਾ ਅੱਡਾ ਔਰ ਉਹ ਉਹ ਅਗਲੇ ਦਿਨ ਸਵੇਰੇ ਰਾਤ ਨੂੰ ਅੱਡਾ ਚਲਾਣ ਗਿਆ ਮ사ਜ ਸੈਂਟਰ ਫਿਰ ਜਦੋਂ ਲੇਟ ਨਾਈਟ ਹੋਏਗੀ فیر ਉਹ ਜਿਹੜੇ ਡਾਂਸ ਵਾਲੇ ਕਲੱਬ ਨੇ ਉੱਥੇ ਲੈ ਜਾਂਦਾ ਔਰ ਪੋਟਰ ਇਹਨਾਂ ਨੂੰ ਉਹ ਅੱਡਾ ਚਲਾਉਂਦਾ ਉੱਥੋਂ ਦੋ ਦੋ 250 ਦੀਆਂ ਇੱਕ ਇੱਕ ਸਰਵਿਸ ਕਰਕੇ ਘੰਟੇ-ਘੰਟੇ ਦੀ ਵਾਪਸ ਆਂਦੀਆਂ ਔਰ ਅਗਲੇ ਦਿਨ ਉਹ ਬੰਦਾ ਇਹਨਾਂ ਨੂੰ ਨਵਾਸ਼ੀਫ ਦੇ ਘਰ ਦੇ ਅੱਗੇ ਮੁਜ਼ਾਹਰਾ ਕਰਨ ਵਾਸਤੇ ਲੈ ਜਾਂਦਾ ਤੇ ਇਹ ਉਹ ਔਰਤਾਂ ਸੀ ਮਾਈਆਂ ਸੀ ਜਿਨ੍ਹਾਂ ਨੇ ਮਰੀਮ ਔਰੰਗਜ਼ੇਬ ਨੂੰ ਹਰਾਸਾ ਕੀਤਾ 50 ਪਾਉਂਡ ਵਿੱਚ ਫੁੱਲ ਸਰਵਿਸ ਜੇ ਮ사ਜ ਵੀ ਜੇ ਸਾਰਾ ਕੁਝ ਜੇ ਤਿੰਨ ਜੜੀਆਂ ਦੇ ਉਹ ਇਲਫਰਟ ਲੈਂਡ ਦੇ ਨਾਲ ਜੇ ਔਰ ਦੋ ਜਿਹੜੀਆਂ ਜੇ ਉਹ ਗ੍ਰੀਨ ਸਟਰੀਟ ਲੰਡਨ ਦੇ ਨਾਲ ਜੇ ਸਾਰਾ ਸਿਸਟਮ ਜਿਹੜਾ ਅਸੀਂ ਵੇਖ ਆਏ ਔਰ ਰਾਣਾ ਸਨਾਉ ਲੱਗੇ ਮੈਂ ਕਹਿਣਾ ਬਈ ਅਗਰ ਇਹ ਕਿਧਰੇ ਇਹਨਾਂ ਨੂੰ ਸਿਸਟਮ ਵਿੱਚ ਪਾ ਦਿਓ ਅਗਰ ਕਿਧਰੇ ਇਹ ਭੁੱਲੀਆਂ ਚੁਕੀਆਂ ਕਿਸੇ ਬੰਦੇ ਦੇ ਨਾਲ ਸੈਰ ਸਪਾਟਾ ਕਰਦੇ ਆ ਪਾਕਿਸਤਾਨ ਦੇ ਕਿਸੇ 에어ਪੋਰਟ ਤੇ ਲੈਂਦੀਆਂ ਨੇ ਤੇ ਇਹਨਾਂ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਏ ਔਰ ਇਹਦੇ ਨਾਲ ਇਹਨਾਂ ਦੇ ਜਿਹੜੇ ਮੁੰਡੇ ਨੇ ਇਤਸ਼ਾਮਲ ਅਕ ਸ਼ਯਾਨ ਔਰ ਜਿਹੜਾ ਰਿਪੋਰਟਰ ਆ ਉਸ ਟੀਵੀ ਦਾ ਜਿਸ ਟੀਵੀ ਨੂੰ ਬਰਤਾਨੀਆਂ ਨੇ ਬੈਨ ਕਰ ਦਿੱਤਾ ਪਾਕਿਸਤਾਨੀ ਟੀਵੀ ਨੂੰ ਉਹਨੂੰ ਇਹ ਜਿਹੜੀ ਇਹ ਲੋਕਾਂ ਨੂੰ ਸੁਝਾਣ ਲਓ ਔਰ ਜਾਂ ਹੀ ਲੈਣ ਪਾਕਿਸਤਾਨ ਦੇ ਵਿੱਚ ਤੇ ਇਹਨਾਂ ਨੂੰ ਫੜ ਲਿਆ ਜਾਏ ਔਰ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਇਹ ਕੀਤੀ ਜਾਏ ਤੇ ਇਹ ਸੀ ਉਹ ਮਾਈਆਂ ਜਿਨ੍ਹਾਂ ਨੇ ਕੱਲ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਨਾ ਕਿ ਵਜ਼ੀਰੇ ਇਤਲਾਤੋ ਨਸ਼ਰੀਆਤ ਤੇ ਬਹੁਤ ਸ਼ੁਕਰੀਆ